अस्सलाम वालेकुम, क्या हाल है? तबे सा ठीक है, फटाफट उम्मीद करें कि सब खैर खैरियत से। मैं थोड़ा अपना शाकिल लबना ते तुसा देते यूट्यूब चैनल शाकिल समान इधर उजा दिए ते हूं टाइम थी न पे छी शाम ता सारा दी दीवार सुता लगा घुमन के घुमन से लगा रे सत पुर गीसा वाला मैं ते मैं हूं विंदा बाहर ते थोड़ा बहुत फसल ज वंदा पा थोड़ा बहुत एक्सरसाइज भी थी वे थोड़ी बहुत फ्रेश हवा थी वे ते मौसम ठंडा माशाल्लाह ठंडी मीठी अंधारी ठीक रे दोपहर गर्मी ते हूं अंधारी है इन मतलब कि शाम को या रात को बारिश धमकान ते मैं वेंदा पम ते अग्गी देख छोकरा खड़ा ही मेरा कजन है मामे दा छोकरा है ते उने ने आवाज मारी कि मैं को घा जावां एक खड़े से घा के था ओए के वाला मेरा मुरे ए देख अजूब है। अच्छा अच्छा मैं को घा चवा के दे मैं पीछे देखो घा चाती हम ते हुन वेंदा पाकी ते थोड़ा बहुत एक्सरसाइज करन ए गाने सुनदा ओदे नाल ਹਾਏ ਕਿਹਦੇ ਨਾਲ ਗਾਣੇ ਸੁਣਦਾ ਵਾ ਦੇ ਜੀ ਤੇ ਭਰਾਵਾ ਤੁਸੀਂ ਸੁਣਾ ਤੁਹਾਡੀ ਕੀ ਉਮੀਦ ਗੁਜ਼ਰਦੀ ਪਈ ਇਹ ਦੂਜੀ ਦੀਵਾਰ ਹੈ ਨਾ ਤੇ ਲੋਕ ਘੁੰਮਦੇ ਵਧਦੇ ਉਸਨ ਮੈਂ ਬਤਾ ਥੀ ਘਰ ਲੋਕ ਘੁੰਮਦੇ ਵਧਦੇ ਉਸਨ ਮੈਂ ਸਕੂਨ ਨਾਲ ਘਰ ਰੈਸਟ ਕਰਦਾ ਪਾ ਘੁੰਮਣ ਕਿਆ ਯਾਰ ਅੱਗੇ ਵਾਲੀ ਵੇਂਦੇ ਅਸੀਂ ਤੇ ਹੁਣ ਫਿਲਹਾਲ ਤਾਂ ਕਹੀਂ ਸਕੋਗੇ ਦੁਪਹਿਰ ਨੂੰ ਗਰਮੀ ਇਤਨੀ ਬੇਬਾ ਘਰੋਂ ਨਿਕਲ ਬਾਹਰ ਦੇ ਲੇ ਕਰਦਾ ਜੀ ਤੇ ਹੁਣ ਵਾਲਾ ਵੀ ਮੈਂ ਅਸਰ ਦੀ ਨਮਾਜ਼ ਪੜ੍ਹੀ ਅਸਰ ਦੀ ਨਮਾਜ਼ ਤੋਂ ਬਾਅਦ ਮੈਂ ਠੰਡਾ ਬਾਹਰ ਮੌਸਮ ਇੰਜੋਏ ਕਰਨ ਦਾ ਮੌਸਮ ਠੰਡਾ ਮਿੱਠਾ ਮੌਸਮ ਹੈ ਤੇ ਠੰਡੀ ਠੰਡੀ ਹਵਾ ਹੈ ਆਹ ਪਰ ਦਿਲ ਤਾਂ ਕਰਿੰਦਾ ਕਿ ਵਾਲਾ ਸੁਮ ਮਜਾ ਸੁੱਤਰ ਗਾ ਸਾਰੇ ਦੇ ਲੇਕਿਨ ਹੁਣ ਸੁਮ ਮਜਾ ਤੇ ਮੈਂ ਹੁਣ ਵੇਂਦਾ ਬਾਹਰ ਤਾਂ ਕੋ ਦਿਖਾਵਾਂ ਮਾਹੌਲ ਕਿ ਦੇ ਦੇ ਨਾ ਹਵਾ ਠੰਡੀ ਮਿੱਠੀ ਹਵਾ ਹੈ ਮੌਸਮ ਦੇਖੋ ਠੰਡਾ ਬੜਾ ਹੈ ਇਹ ਮਤਲਬ ਅਸਰ ਦਾ ਟਾਈਮ ਤੋਂ ਬਾਅਦ ਬਣਾ ਅਸਰ ਦਾ ਟਾਈਮ ਹਮੇਸ਼ਾ ਥੋੜੀ ਬਹੁਤੀ ਨੋਰਮਲ ਧੁੱਪ ਵੀ ਥੀ ਨਹੀਂ ਤੇ ਗਰਮੀ ਵੀ ਥੀ ਨਹੀਂ ਧੁੱਪ ਕਿਆ ਨਹੀਂ ਆਪਣੇ ਕਿਨੇ ਤੇ ਮੌਸਮ ਠੰਡਾ ਹੈ ਤੇ ਆਪਾਂ ਹੀ ਸੁਖ ਬਾਹਰ ਵੇਂਦੇ ਵੈਸੇ ਬਾਹਰ ਵੰਜ ਤੋਂ ਬਾਅਦ ਤੱਕ ਮਾਹੌਲ ਵੀ ਦਿਖਾ ਕੇ ਨੋਪਣਾ ਪਿੱਛੇ ਤੋਂ ਦੇ ਦੇ ਬਿਨਾ ਸਾ ਇਹ ਠੰਡਾ ਠੰਡਾ ਬੈਠਾ ਮੌਸਮ ਹੈ ਅੱਜ ਵਾਰਾ ਇਹ ਸਾਡਾ ਪਾਣੀ ਦਾ ਅਤੇ ਪਾਣੀ ਦਾ ਵਾਰਾ ਇਹ ਤਾਂ ਮੈਂ ਕਿਹਾ ਚਲੋ ਡਿੱਠੀਆਂ ਵਾਂ ਵਾਲਾ 'ਚ ਪਾਣੀ ਲੱਗਿਆ ਪਿਆ ਪੂਜਾ ਕਹਿੰਦੀ ਮੇਰਾ ਭਰਾ ਵੱਡਾ ਲਾ ਕੇ ਮੈਂ ਤਾਂ ਕਹਿੰਦੀ ਆ ਅਤੇ ਮੇਰਾ ਵੱਡਾ ਭਰਾ ਹੈ ਮੈਂ ਕਿਹਾ ਪਾਣੀ ਲੱਗਿਆ ਪਿਆ ਕਹਿਣ ਲੱਗਿਆ ਪਿਆ ਅਤੇ ਹੁਣ ਮੈਂ ਵੇਂਦਾ ਪਾਉਣੀ ਸੀ ਆਪਣੀ ਫਸਲ ਪਾਸੇ ਅਤੇ ਸੌਣ ਵੇਂਦੇ ਪਿੱਛੇ ਬਾਹਰ ਜਿਹੜੇ ਮੈਨੂੰ ਹਵਾ ਰਹੀ ਖੁੱਲ੍ਹੇ ਖੁੱਲ੍ਹੇ ਠੰਡੀ ਦੀ ਵਾਹ ਮਜ਼ਾ ਆਇਆ ਪਿਆ ਚਸਾ ਚੱਲਣ ਚਸਾ ਇਹ ਮੌਸਮ ਅਗਰ ਦੁਪਹਿਰ ਕੋ ਥੀ ਵੀ ਨਾ ਤਾਂ ਮੈਂ ਵੰਜਾ ਘੁੰਮਣ ਵਗੈਰਾ ਇੰਜੋਏ ਕਰਾਂ ਅਤੇ ਹੁਣ ਇੰਜੋਏ ਕਰਾਂ ਤਾਂ ਪਹਾੜ ਮੌਸਮ ਹੈ ਅਤੇ ਟਾਈਮ ਹੀ ਕਹਿੰਦੀ ਵੀ ਨਿਕਲੀ ਸੀ ਸੁਖ ਮੈਂ ਰਾਤ ਕੋ ਵੇਸ ਅਸੀਂ ਸਾਡੇ ਪਾਸੇ ਥੋੜ੍ਹਾ ਬਹੁਤਾ ਸ਼ਹਿਰ 'ਚ ਨਾ ਸ਼ਹਿਰ 'ਚ ਇੱਕ ਮੁਗਲੀਆਜ਼ ਹੈ ਮੁਗਲੀਆਜ਼ ਮਤਲਬ ਇਹ ਕਿ ਰੈਸਟੋਰੈਂਟ ਵੀ ਹੈ ਵੱਡਾ ਸਾਰਾ ਮਾਸ਼ਾ ਖੂਬਸੂਰਤ ਹੈ ਪੰਪ ਪੈਟਰੋਲ ਵੀ ਹੈ ਅਤੇ ਉੱਥਾਂ ਪਾਰਕ ਹੈ ਉਹ ਪਾਰਕ ਦਾ ਨਾਂ ਹੈ ਮੁਗਲੀਆਜ਼ ਬੜੀ ਖੂਬਸੂਰਤ ਹੈ ਮਾਸ਼ਾ ਅਤੇ ਦੇਖਣ ਵੀ ਹੈ ਅਤੇ ਉਹ ਰਾਤ ਕੋ ਇਨਸ਼ਾਅੱਲਾ ਫੈਮਲੀ ਨਾਲ ਵੇਸੂ ਉਹ ਵੀਡੀਓ ਮੈਂ ਕਹਿੰਦਾ ਬੜੇ ਸਾਂ ਕਿਉਂਕਿ ਫੈਮਲੀ ਨਾਲ ਤੁਸੀਂ ਨਾ ਵਾਲਾ ਦੇ ਵਿੱਚ ਨਾ ਵੀ ਫੈਮਲੀ ਵਾਲੇ ਥੀ ਤਾਂ ਯਾਰ ਅੱਛਾ ਨਹੀਂ ਲੱਗਦਾ ਕਹੀਂ ਫਿਰ ਕਹੀਂ ਦੀ ਫੈਮਲੀ ਵਿੱਚ ਆ ਮੁਝੇ ਜਾਂ ਕਹੀਂ ਦੀ ਆਵਾਜ਼ ਆ ਮੁਝੇ ਮੈਂ ਕੋਈ ਅੱਛੀ ਸੋ ਤੂੰ ਪਰੇਜ਼ ਕਹਿੰਦਾ ਮੈਂ ਉਹ ਛੋਕਰਾ ਪਰਦੇ ਵਧੇ ਨਾ ਛੋਕਰਾ ਪਿੱਛੇ ਉਹ ਕਾਲ ਕਬਲ ਵਾਲਾ ਇਹ ਲੈਣ ਦੀ ਵੱਟ ਗਈ ਵੀ ਪਤਾ ਨਹੀਂ ਕਿਆ ਇਸ਼ਕ ਮਸ਼ੁਕ ਗਈ ਵੀ ਪਤਾ ਨਹੀਂ ਕਿਆ ਦੇ ਉਹ ਇਹਦਾ ਨਜ਼ਰ ਆਉਂਦਾ ਵੀ ਪਿੱਛੇ ਦੇ ਫੇਂਦਾ ਪਏ ਹੁਣ ਮੈਂ ਕੁੱਡੇ ਕਿਤੇ ਸਿਰ ਪਰਦੇ ਮੂੰਹ ਚਾਤੀ ਮੈਂ ਯਾਰ ਇੱਕ ਅੱਜ ਦੀ ਨਾ ਸੈਡ ਨਿਊਜ਼ ਹੈ ਸੈਡ ਨਿਊਜ਼ ਇਹ ਹੈ ਕਿ ਯਾਰ ਮੇਰਾ ਕਜ਼ਨ ਫੋਤ ਥੀ ਹੈ ਅਤੇ 3-4 ਸਾਲਾਂ ਦਾ ਹੀ ਅੱਲਾ ਨੇ ਕੋਈ ਜਨਤ ਨਸੀਬ ਕਰੇ ਅੱਲਾ ਹੁੰਦੀ ਮਗਰ ਫਤਿਹ ਫਰਮਾਵੇ ਕਿਉਂਕਿ ਉਹ ਬਸ ਇੱਕ ਛੋਟਾ ਜਿਹਾ ਬਹਾਨਾ ਥੀ ਹੈ ਹੈਜ਼ਾ ਥੀ ਹੈਜ਼ਾ ਯਾਨੀ ਕਿ ਇੱਕ ਹੈਜ਼ਾ ਥੀ ਇੱਕ ਮੋਸ਼ਨ ਥੀ ਹੈ ਹੈਜ਼ਾ ਥੀ ਉਹਦੇ ਬਾਅਦ ਫਿਰ ਮੋਸ਼ਨ ਥੀ ਹੈ ਮੋਸ਼ਨ ਤੋਂ ਬਾਅਦ ਯਾਰ ਉਹ ਛੋਟੇ ਮੋਟੇ ਯਾਰ ਹੋਸਪਿਟਲ 'ਤੇ ਚਾਹੀਦਾ ਗਏ ਯਾਰ ਕਿਉਂਕਿ ਮਤਲਬ ਨੋਰਮਲ ਹੈਜ਼ਾ ਤਾਂ ਸਹੀ ਥੀ ਵੀ ਸਹੀ ਈਦ ਦਾ ਮੌਕਾ ਹੈ ਅਤੇ ਸਵੇਰੇ ਐਲਾਨ ਥੀ ਯਾਰ ਕਿ ਫੋਤ ਥੀ ਗਏ ਅਤੇ ਬਹੁਤ ਅਫਸੋਸ ਥੀ ਅਤੇ ਸਵੇਰੇ ਹਿੰਸੋ ਕੋ ਮੇਰਾ ਦਿਲ ਵੀ ਨਹੀਂ ਕੀਤਾ ਕਿ ਮੈਂ ਵੀਡੀਓ ਬਣਾਵਾਂ ਹਿੰਸੋ ਕੋ ਥੋੜ੍ਹਾ ਬਹੁਤਾ ਸੈਡ ਹਮ ਅਤੇ ਯਾਰ ਮੈਂ ਕਿਹਾ ਸਵੇਰੇ ਸਵੇਰੇ ਬਣਾਵਾਂ ਵੀਡੀਓ ਲੇਕਿਨ ਦਿਲ ਨਹੀਂ ਕੀਤਾ ਇੱਟਾਂ ਸਾਡੀ ਯਾਰ ਬੁਲਾਏ ਕਜ਼ਨ ਇਹਨਾਂ ਮੇਰੇ ਚਾਚੇ ਦਾ ਛੋਕਰੀ ਛੋਟਾ ਛੋਟਾ ਅਤੇ 4-5 ਸਾਲ ਦਾ ਬੜਾ ਕਿਊਟ ਹੈ ਅਤੇ ਹੁਣ ਸੋ ਕੋਲ ਮੈਂ ਵੀਡੀਓ ਕਹਿੰਦੀ ਅਪਲੋਡ ਕੀਤੀ ਮੈਂ ਬੜਾਈ ਹੈ ਅਤੇ ਮੈਂ ਹੁਣ ਪੂਜਾ ਵਾਲਾ ਇਹ ਖਜੂਰ ਹੈ ਪੀ ਇਹਦੇ ਪੇ ਉਹ ਤੋੜ ਖਜੂਰ ਵੀ ਨਹੀਂ ਪੀ ਰਿਹਾ ਖਜੂਰ ਮੈਂ ਸੱਚ ਖਾ ਕੇ ਨਾ ਜੇ ਮੇਰਾ ਖਜੂਰ ਖਾਣੀ ਤਾਂ ਮੰਜੇ ਜੀ ਬੀ ਸਲਾਹ ਤਾਂ ਮੈਂ ਖਾਂਦਾ ਤਾਂ ਓਏ ਤਾਂ ਸਾਰੀ ਤੇ ਇਹਦੇ ਪੇ ਅੰਧਾਰੀ ਥੀ ਅਤੇ ਸਾਰੀ ਦੇਖ ਇਹਦੇ ਪੇ ਖੇਲੇ ਬੜੇ ਪੈਣ ਖੇਲੇ ਨਜ਼ਰ ਤਾਂ ਖੇਲੇ ਪੂਰੇ ਖੇਲੇ ਬੜੇ ਪੈਣ ਖੱਜੀ ਵਾਲੀ ਤਿਆਰ ਕਹਿਣੀ ਇੱਕ ਇੱਕ ਗੰਦੋਲਾ ਹੈ ਪਿਆ ਲੈ ਕੇ ਰੰਗ ਚੇਂਜ ਕੀਤੀ ਪੇ ਤਾਜ਼ਾ ਤਾਂ ਕਹਿਣੀ ਜਰਾ ਖਾਵਣੇ ਆ ਮੰਜੇ ਜੀ ਬੀ ਸਲਾਹ ਤਾਂ ਮੈਂ ਖਾਂਦਾ ਵਾਂ ਡਾ ਤੂੰ
बारह दी वार दे रहे। एक खजू बड़े जबरदस्त है, खमानी खजू है, गंदोड़ा बड़ा मश अच्छा है। ते इंजे इन्हें कहीं गंदोड़े थी ना, कहीं दे खजी दे गंदोड़े थी, गंदोड़े थी ते खस्सी थी, खस्सी यानी कि खमाने दादी गला पकड़े दिन। लेकिन खजू ए जबरदस्त, इतनी खजूर है, इतना कलर चेंज करे से। ते खजू उस्ताद इंदा गंदोड़ा जो सी मिठा हो, मिठा मिठाई में जो चीनी वर्ग थी से जो गोड़नी थे ना, गोड़नी में मिठाते थे। फैलने में पहुंच गया अपनी ज़मीन बेच ये पे वे पानी कल लगा पानी वो भी जगह लगा पे ये खाला वाटर बंदा पे मेरे बाहर थोड़े पड़ी सहते मोटे थे बंदा पे शाम दे मिला ठंडी हवा बुली पी क्या नहीं। हाँ पानी ला गए नजर आंदा पे ना, उड़े पानी पीछे नजर आंदा पे, पानी ला गए सर अच्छे वार्ड पानी ला गए मैं तो शुक्र है। लेकिन मैं खास सटी देख सुता रह गया मेरे पर अपने बहाना कि यार खास सट गए, लेकिन मैं खाद कहीं सटी मैं खाद वाला अगले फॉरन शास्त्र सा हूँ पानी खाने सकना पानी लाते डी जे मंडी पहले खास नहीं डी ए पी डी पी ए के हर जिनकी चार तो पंज बार डी ए पी असर करेंदी बार डी ए पी का मसला है कि फल चेंदी फल बाद गोगड़ा थी वे गोगड़ बाद कपाह तैयार थी वी गुल थी वे टमटा तो हूँ सुगो मैं कहना इंशा नैक्सट टाइम इंशा जैसे वारा थी से पानी का तो मैं लासा पानी को तो पानी ना पहले पहले मैं खास दिसा यार मेरा थी मैं फसल वेंदा मेरा पैर थी खराब एडे पे पैर तले थी खराब तो मैं हूँ पैर साफ कर लगा पानी यार सारा कपड़े खराब थी पैर मैं साफ करके दिन क्योंकि सर एक गप्पा नहीं ना गप्पन की वजह तो पैर खराब थी गए तो बोला पैर साफ करते हैं पीछे तूरी अजय अपनी जुबान खेते भू भू खे से जानवर का चारा वो चार नहीं खाते चारा तो सवा खेते ये थे ना खुश्क चारा ये भिंडी तुरी लगी भिंडी तुरी ये बिना मैं भिंडी तुरी फली पिए देखो ये देखो भिंडी तुरी फली पिए थोड़ा बहुत फल चाहिए पिए। हाँ भाई मजबूत था माशाल्लाह ते ये सैड से ना ये मुंजी पक्की पी यानी कि रंग चेंज की पी एक थी ने सावा ही कलर थे ने एक कलर है ना ये निकली कच्ची पी थी कच्ची तो बाद ना कलर चेंज कर चुकी ब्लैक थी कलर कलर तो दिखाऊं मैं एक कलर है एक पक गया यानी फल जो ना इतना मुझे दाना है ये पक वजे ना तो ब्लैक थी होती ब्लैक तो बाद वाला एक मुडू कर मतलब कटाई कर देते ना कटाई कराने बाद नहीं त्यार तो मुझसे देखिए पकावा से त्यार है तो यार एक बड़ी बुरी खबर है मेरे को हूने सर पी तो मैं थोड़ा परेशान थी गया अपसेट थी गया कल मैं चक्कर कहने लगता कल ईद ही ना तो हूँ तो पहले भी ईद ईद नहीं पहले लाता मैं तो इस सेट सारी बर्बाद थी भी पता नहीं इतना क्या कहे क्या नहीं है लगे क्या लगे ये सारी खाली फसल थी पी ए ताज़ा फल कटा वे मुडू कट गए हाँ
इत्थे के रखी नी से सेह थी नी जेह्ड़े घा खाने वाले ते फिर पूरी सारी फसल मेरी बर्बाद कर चुकी है। सारी फसल बर्बाद थी पी, पता नहीं क्या कर छोड़े से सारी जगह बंजर थी पी। ताज़े निशान लगे पे समझा पे देखो ये तो कुछ ये देखो नजर आता पे ताज़ा ये यहीं साइड पे ये देखो ना इन्हें जो कटाई थी पे इसे खा गई है। कल ये सारी ईद आई तो ईद मनी देखे से ईद से ईद मनी रह गई है खम रहे कि चलो नसीब की गल है। अपना ऐसा खा भी है एक गिनती दे ना एक महीना देर एक महीना बाद इंशाल्लाह फिर फसल तैयार थी वैसे माशाल्लाह। तो मैं गोगा दिखावा एक गोगड़ा है गोगड़ा फुल दा पे माशाल्लाह इंदा गोगड़ा है ना फल दा इंदे दे पे वे ये देखो माशाल्लाह इस साइड वाले कोई फल अच्छा है पहले ऐसा हूं अपनी फसल देख दी से ते तो ऐसा कौन दो इजाजत ते इजाजत तो पहले तो सब्सक्राइब लाजमी करें वीडियो अच्छी लगे सब्सक्राइब करना सब्सक्राइब तो पहले आइकन दबाने ते तब तक के लिए अल्लाह हाफिज़।